ਵਿਨੋ ਵਰਮਾ ਦੀ ਕਹਾਣੀ ਛੁੱਟੜ ਅਨੀਤਾ ਦੇ واਸ਼ਿੰਗ ਮਸ਼ੀਨ ਚ ਪਾਉਣ ਲਈ ਕਰਦੇ ਸਾਰੇ ਮੈਲੇ ਕੱਪੜੇ ਇਕੱਠੇ ਕੀਤੇ ਰਵੀ ਦੇ ਕੱਪੜਿਆਂ ਦੀ ਅਲਮਾਰੀ ਉਹਨੇ ਖੋਲੀ ਤਾਂ ਪੰਡ ਕੱਪੜਿਆਂ ਦੀ ਧੋਣ ਵਾਲੀ ਇਕੱਠੀ ਹੋਈ ਪਈ ਸੀ ਕੱਪੜੇ ਅਲਮਾਰੀ ਚ ਕੱਢਦੇ ਸਮੇਂ ਇੱਕ ਭਾਰੀ ਲਿਫਾਫਾ ਅਨੀਤਾ ਦੇ ਪੈਰਾਂ ਚ ਆ ਡਿੱਗਾ ਅਨੀਤਾ ਨੇ ਸਰਸਰੀ ਲਿਫਾਫੇ ਨੂੰ ਖੋਲ ਕੇ ਦੇਖਿਆ ਉਸ ਚ ਕੁਝ ਪੁਰਾਣੀਆਂ ਤਸਵੀਰਾਂ ਸੀ ਸ਼ਾਇਦ ਰਵੀ ਦੇ ਕਾਲਜ ਦੇ ਸਮੇਂ ਦੀਆਂ ਇੱਕ ਬਲੈਕ ਐਂਡ ਵਾਈਟ ਤਸਵੀਰ ਸੀ ਕਿਸੇ ਕੁੜੀ ਦੀ ਜਿਹਦੇ નીચે ਲਿਖਿਆ ਸੀ ਓਨਲੀ ਫॉर ਰਵੀ ਸੀਮਾ ਰਵੀ ਦੀ ਸੇਲੇ ਹੋਣੀ ਆ ਕੋਈ ਸੋਚ ਕੇ ਉਹ ਹੱਸ ਪਈ ਤੇ ਲਫਾਫਾ ਉੱਥੇ ਰੱਖ ਦਿੱਤਾ ਰਵੀ ਸੋਣਾ ਹੀ ਇੰਨਾ ਸੀ ਕਿ ਕੋਈ ਵੀ ਕੁੜੀ ਉਹਨੂੰ ਪਿਆਰ ਕਰ ਸਕਦੀ ਸੀ ਰਵੀ ਨੇ ਕਦੇ ਆਪਣੇ ਕਿਸੇ ਰਿਲੇਸ਼ਨ ਬਾਰੇ ਅਨੀਤਾ ਨਾਲ ਕੋਈ ਗੱਲ ਨਹੀਂ ਕੀਤੀ ਸੀ ਕਿੰਨਾ ਘੱਟ ਬੋਲਦਾ ਹੈ ਉਹ ਰਵੀ ਦੇ ਕੱਪੜੇ ਸੀ ਜੋ ਹਮੇਸ਼ਾ ਲੱਗਤ ਹੁੰਦੀ ਸੀ ਜੇ ਕੋਈ ਗਲਤੀ ਨਾਲ ਉਹਦਾ ਕੱਪੜਾ ਬਾਕੀ ਕੱਪੜਿਆਂ ਨਾਲ ਧੋ ਦਿੰਦੀ ਤੇ ਮਾੜਾ-ਮੋਟਾ ਰੰਗ ਕਿਸੇ ਕੱਪੜੇ ਦਾ ਲੱਗ ਜਾਂਦਾ ਤਾਂ ਰਵੀ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਕਹਿੰਦਾ ਤਾਂ ਭਾਵੇਂ ਕੁਝ ਵੀ ਨਹੀਂ ਸੀ ਉਹ ਉੱਪਰ ਕਾਫੀ ਦੇਰ ਤੱਕ ਚੁੱਪ ਰਹਿੰਦਾ ਤੇ ਉਹਦੀ ਇਹ ਚੁੱਪ ਹੀ ਤਾਂ ਨੀਤਾ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ ਕਿੰਨਾ ਸੋਹਣਾ ਲੱਗਦਾ ਰਵੀ ਜਦੋਂ ਹੱਸਦਾ ਹੈ ਗੱਲਾਂ ਚ ਟੋਏ ਪੈਂਦੇ ਨੇ ਹੱਸਣ ਲੱਗਿਆ ਕਦੇ ਵੀ ਖੁੱਲਕੇ ਨਹੀਂ ਹੱਸਦਾ ਬੁੱਲਾਂ ਜੀ ਹਾਸਾ ਦਬਾ ਲੈਂਦਾ ਤੇ ਅਜਿਆਂ ਕਰਦੇ ਸਮੇ ਕਿੰਨਾ ਸੰਧੂਰੀ ਹੋ ਜਾਂਦਾ ਉਧਾਰਾਂਗ ਕੌਣ ਕਹਿ ਸਕਦਾ ਹੈ ਕਿ ਮੁੰਡਾ ਅੰਗਰੇਜ਼ ਨਹੀਂ ਹੈ ਜੇਕਰ ਉਹਦੇ ਵਾਲ ਕਾਲੇ ਨਾ ਹੋਣ ਜਾਂ ਉਹ ਗੁਰਵਰਗੀ ਮਿੱਠੀ ਪੰਜਾਬੀ ਨਾ ਬੋਲੇ ਤਾਂ ਅਨੀਤਾ ਰਵੀ ਦੀ almari ਠੀਕ ਕਰਦੀ ਹੋਈ ਰਵੀ ਦੇ ਖਿਆਲਾਂ 'ਚ ਗੁੰਮ ਹੋ ਗਈ ਸੀ ਅਨੀਤਾ ਦੀਆਂ ਸਹੇਲੀਆਂ ਕਈ ਵਾਰ ਉਹਦੀ ਕਿਸਮਤ ਤੇ ਰਸਕ ਕਰਦੀਆਂ ਕਿ ਕਿੰਨਾ ਸੋਹਣਾ ਪਤੀ ਮਿਲਿਆ ਉਹਨੂੰ ਉਹ ਵੀ ਦੂਜੀ ਵਾਰ ਜਿਵੇਂ ਉਹਦੀ ਕਿਸਮਤ ਹੀ ਖੁੱਲ ਗਈ ਸੀ ਉਹਨੂੰ ਖੁਦ ਵੀ ਯਕੀਨ ਨਹੀਂ ਆਇਆ ਸੀ ਜਦੋਂ ਰਵੀ ਨੇ ਉਹਨੂੰ ਦੇਖਦੇ ਸਾਰੀ ਹਾਂ ਕਹਿਤੀ ਸੀ ਹਲਕਾ ਜਿਹਾ ਮੁਸਕਰਾਇਆ ਸੀ ਉਹ ਤੇ ਅਨੀਤਾ ਜੀ ਵੀ ਅੰਦਰੋਂ ਕਿਤੇ ਵਿੰਨੀ ਗਈ ਸੀ ਕਿੰਨਾ ਰੰਗ ਰੂਪ ਸੀ ਰਵੀ ਦੇ ਚੈਨ ਚੱਕਰ ਤੇ 6 ਫੁੱਟ ਕੱਦ ਹੋਣਾ ਖੁੱਲਾ ਡੁੱਲਾ ਜਿਸਮ ਹਰ ਵੇਲੇ ਹਸਦੀਆਂ ਅੱਖਾਂ ਤੇ ਸਿੱਧੇ ਵਾਹਿਵਾਲ ਉਹਦੇ ਮੱਥੇ ਨੂੰ ਹੋਰ ਵੀ ਚੌੜਾ ਬਣਾ ਦਿੰਦੇ ਮਜ਼ਬੂਤ ਕੱਦ ਕਾਠ ਤੋ ਪੂਰਾ ਪੰਜਾਬੀ ਜਵਾਨ ਸੀ ਅਨੀਤਾ ਤਾਂ ਉਹਦੇ ਸਾਹਮਣੇ ਬੱਲੜੀ ਜੀ ਲੱਗਦੀ ਸੀ ਉਸ ਵੇਲੇ ਰੋਂਦੀ ਰੋਂਦੀ ਹੱਸ ਪਈ ਸੀ ਜਦੋਂ ਘਰੋਂ ਤੁਰਨ ਵੇਲੇ ਉਹ ਡੈਡੀ ਦੇ ਗੱਲ ਲਾ ਕੇ ਰੋ ਰਹੀ ਸੀ ਤੇ ਰਵੀ ਨੇ ਉਹਨੂੰ ਗੋਦੀ 'ਚ ਬੱਚਿਆਂ ਵਾਂਗ ਚੁੱਕ ਕੇ ਕਾਰ 'ਚ ਬਿਠਾ ਲਿਆ ਸੀ ਗੁੱਲੀ ਜਿੰਨੀ ਧੀਮੀ ਨਹੀਂ ਕਿਵੇਂ ਸਾਰਾ ਟੱਬਰ ਦੁਖੀ ਕਰ ਰੱਖਿਆ ਰਵੀ ਨੇ ਕਿਹਾ ਤੇ ਸਾਰੇ ਪਾਸੇ ਹਾਸਾ ਪੈ ਗਿਆ ਸੀ ਅਨੀਤਾ ਨੂੰ ਬੜਾ ਚੰਗਾ ਲੱਗਿਆ ਸੀ ਰਵੀ ਦਾ ਉਹਨੂੰ ਬਾਹਾਂ 'ਚ ਚੁੱਕਣਾ ਉਹਨੂੰ ਲੱਗਿਆ ਸੀ ਜਿਵੇਂ ਉਹ ਫੁੱਲਾਂ ਤੋਂ ਵੀ ਹੌਲੀ ਹੋ ਗਈ ਹੋਵੇ ਉਹਦੇ ਤਨ ਤੇ ਮਨ ਦੀ ਸਾਰੀ ਪੀੜ ਰਵੀ ਦੀ ਇੱਕ ਛੋਹ ਨੇ ਹਰ ਲਈ ਹੋਵੇ। ਇਹ ਛੋਹ ਕਦੇ ਨਾ ਭੁੱਲ ਸਕੀ। ਉਹਨੂੰ ਯਾਦ ਆਉਂਦਾ ਕਈ ਵਾਰ ਮੰਮੀ ਕਹਿੰਦੀ ਹੁੰਦੀ ਸੀ। "ਬੇਟੇ ਜੇ ਆਦਮੀ ਚੱਜਦਾ ਹੋਵੇ ਤਾਂ ਔਰਤ ਵਾਸਤੇ ਇੱਥੇ ਹੀ ਸਵਰਗ ਹੈ।" ਅਨੀਤਾ ਨੂੰ ਪਹਿਲਾਂ ਮਾਂ ਦੀ ਇਹ ਗੱਲ ਕਿੰਨੀ ਬੋਦੀ ਤੇ ਹਾਸੋਹੀਣੀ ਲੱਗਦੀ ਸੀ। ਆਦਮੀ ਦਾ ਤਾਂ ਜ਼ਿਕਰ ਛੇੜਦੇ ਹੀ ਉਹਦੀਆਂ ਅੱਖਾਂ ਸਾਹਮਣੇ ਰਮੇਸ਼ ਦਾ ਚਿਹਰਾ ਘੁੰਮ ਜਾਂਦਾ ਤੇ ਨਾਲ ਹੀ ਉਹਦੀਆਂ ਨਸਾਂ 'ਚ ਨਫ਼ਰਤ ਦਾ ਜ਼ਹਿਰ ਜਿਹਾ ਚੜਦਾ। ਰਮੇਸ਼ ਉਹਦਾ ਆਦਮੀ ਜਿਨੇ ਉਹਦੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਸੀ ਮਾਂ-ਬਾਪ ਦੀ ਜ਼ਿੱਦ ਤੇ ਭੈਣ-ਭਰਾਵਾਂ ਦੀ ਨਸੀਤਾਂ ਦੇ ਸਾਹਮਣੇ ਉਹਦੀ ਇੱਕ ਨਹੀਂ ਚੱਲੀ ਸੀ ਪੜ੍ਹਾਈ ਖਤਮ ਹੁੰਦੇ ਸਾਰੀ ਉਹਦਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਸੀ ਅਸੀਂ ਕਿਹੜਾ ਤੇਰੀ ਕਮਾਈ ਖਾਣੀ ਹੈ ਆਪਣੇ ਘਰ ਜਾ ਕੇ ਸੈਟਲ ਹੋ ਸਾਡੀ ਵੀ ਚਿੰਤਾ ਮੁੱਕੇ ਮੰਮੀ ਨੂੰ ਸਮਝਾਉਣੀ ਹੁੰਦੀ ਸੀ ਪਰ ਮੈਂ ਹਾਲੇ ਪੜ੍ਹਨਾ ਚਾਹੁੰਦੀ ਆ ਮੰਮੀ ਉਹ ਵਿਆਹ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੁੰਦੀ ਸੀ ਬਥੇਰਾ ਪੜ੍ਹ ਲਈ ਤੇਰੀ ਵੱਡੀ ਭੈਣ ਦਾ ਵਿਆਹ ਤਾਂ 16 ਸਾਲ ਦੀ ਦਾ ਕਰਤਾ ਸੀ ਤੈਨੂੰ ਤਾਂ ਸੁੱਖ ਨਾਲ ਉੰਨੀਵਾਂ ਲੱਗਿਆ ਮਾਮ ਪਿਛਲਾ ਇਤਿਹਾਸ ਖੋਲ ਕੇ ਬੈਠ ਜਾਂਦੀ ਉਹਨੇ ਘਰ ਦੇ ਸਾਰੇ ਜੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਜਿਵੇਂ ਸਭ ਨੂੰ ਉਹਦੇ ਵਿਆਹ ਦਾ ਚਾ ਚੜਿਆ ਸੀ ਅਨੀਤਾ ਨੂੰ ਲੱਗ ਰਿਹਾ ਸੀ ਜਿਵੇਂ ਵਿਆਹ ਕਰਵਾ ਕੇ ਉਹਤੇ ਗੱਲ ਚ ਰੱਸਾ ਪੈ ਜਾਏਗਾ ਸਾਰੇ ਭੈਣ ਭਰਾ ਉਹਤੇ ਜਾਣ ਦਿੰਦੇ ਸੀ ਘਰ ਚ ਸਭ ਤੋਂ ਛੋਟੀ ਸੀ ਉਹ ਬੱਚਿਆਂ ਵਰਗੀਆਂ ਆਦਤਾਂ ਸੀ ਉਹਦੀਆਂ ਕਦੇ ਪਾਣੀ ਦਾ ਗਲਾਸ ਤੱਕ ਆਪੇ ਭਰ ਕੇ ਨਹੀਂ ਪੀਤਾ ਸੀ ਸਾਰੇ ਘਰ ਤੇ ਉਹਦੀ ਥਾਣੇਦਾਰੀ ਮੰਨੀ ਸੀ ਪਰ ਵਿਆਹ ਨਾ ਕਰਾਉਣ ਦੇ ਹੱਕ 'ਚ ਉਹ ਇੱਕ ਵੀ ਵੋਟ ਨਾ ਲੈ ਸਕੇ ਕਰਦਿਆਂ ਨੇ ਬਹੁਤ ਅਮੀਰ ਘਰ ਵੇਖਿਆ ਤੇ ਅਨੀਤਾ ਦਾ ਵਿਆਹ ਸ਼ਾਨੋ ਸ਼ੌਕਤ ਨਾਲ ਕਰ ਦਿੱਤਾ ਸਾਰੇ ਖੁਸ਼ ਸੰਕੇ ਦਿਮਾਗ ਤੋਂ ਭਾਰ ਲੱਥਾ 6 ਮਹੀਨੇ ਠੀਕ ਨਿਕਲੇ ਫਿਰ ਰਮੇਸ਼ ਨੇ ਆਪਣਾ ਅਸਲੀ ਰੂਪ ਸਾਹਮਣੇ ਲੈ ਆਂਦਾ ਮਹੀਨਾ ਮਹੀਨਾ ਘਰ ਨਾ ਆਉਂਦਾ ਕਾਰੋਂ ਦਾ ਤਾਂ ਮਗਰੀ ਕੁੜੀਆਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਅਨੀਤਾ ਕਈ ਵਾਰ ਰਮੇਸ਼ ਨੂੰ ਦਬੀ ਜ਼ੁਬਾਨ ਚ ਕਹਿ ਚੁੱਕੀ ਸੀ ਕਿ ਉਹਦੇ ਨਾਲ ਜਾਣਾ ਚਾਹੁੰਦੀ ਹੈ ਜਿੱਥੇ ਉਹ ਨੌਕਰੀ ਕਰਦਾ ਹੈ ਕਿਸੇ ਹੋਟਲ ਚ ਮੈਨੇਜਰ ਲੱਗਿਆ ਹੋਇਆ ਸੀ ਉਹ ਪਰ ਰਮੇਸ਼ ਹਰ ਵਾਰੀ ਟਾਲ ਜਾਂਦਾ ਆਪਣੇ ਜਨਮ ਦਿਨ ਤੇ ਵੀ ਉਹ ਜਦ ਘਰ ਨਾ ਆਇਆ ਤਾਂ ਨੀਤਾ ਉਹਨੂੰ ਸਰਪ੍ਰਾਈਜ਼ ਦੇ ਲਈ ਕਾਰ ਲੈ ਕੇ ਤੁਰ ਪਈ ਹੋਟਲ ਚ ਪੁੱਜੀ ਰਮੇਸ਼ ਦਾ ਅਪਾਰਟਮੈਂਟ ਪੁੱਛਿਆ ਧੜਕਦੇ ਦਿਲ ਨਾਲ ਉਹਨੇ ਬੈਲ ਕੀਤੀ ਹੱਥਾਂ 'ਚ ਫੜਿਆ ਫੁੱਲਾਂ ਦਾ ਗੁਲਦਸਤਾ ਉਹਨੇ ਆਪਣੇ ਪਿੱਛੇ ਛੁਪਾ ਲਿਆ ਸੋਚਿਆ ਪਹਿਲਾਂ ਰਮੇਸ਼ ਦਾ ਮੂੰਹ ਚੁੰਮੇਂਗੀ ਫਿਰ ਗੁਲਦਸਤਾ ਦੇਵੇਗੀ ਰਮੇਸ਼ ਨੇ ਅੱਧ ਸੁਰਤੀ ਜਿਹੀ ਚ ਬੁਆ ਖੋਲਿਆ ਅੱਧ ਨੰਗਾ ਜਿਹਾ ਉਹ ਅਨੀਤਾ ਨੂੰ ਦੇਖ ਕੇ ਘਬਰਾ ਗਿਆ oh you ਉਹ ਇਕਦਮ ਪਿੱਛੇ ਹਟਿਆ ਹੈਪੀ ਬਰਥਡੇ ਟੂ ਯੂ ਮਾਈ ਲਵ ਅਨੀਤਾ ਨੇ ਰਮੇਸ਼ ਦੇ ਬੁੱਲ ਚੁੰਮੇ ਹਰਸ ਥੇਰ ਰਮੀ ਡਾਰਲਿੰਗ रमेश ਦੇ ਪਿੱਛੋਂ ਕੋਈ ਜਨਾਨਾ ਆਵਾਜ਼ ਆਈ ਅਨੀਤਾ ਭੱਜ ਕੇ ਅੰਦਰ ਚਲੀ ਗਈ ਰਮੇਸ਼ ਦੇ ਬੈੱਡ ਤੇ ਇੱਕ ਗੋਰੀ ਕੁੜੀ ਲੇਟੀ ਹੋਈ ਸੀ ਅਨੀਤਾ ਦੇ ਜਿਵੇਂ ਕੱਪੜਿਆਂ ਨੂੰ ਅੱਗ ਲੱਗ ਗਈ ਕੌਣ ਹੈ ਕੁੜੀ ਉਹ ਜਾਣ ਬੁੱਝ ਕੇ ਪੰਜਾਬੀ ਬੋਲੀ ਮੇਰੀ ਫਰੈਂਡ ਹੈ ਰਮੇਸ਼ ਨੇ ਅੱਖਾਂ ਚੁਕਾਈਆਂ ਫਰੈਂਡ ਹੈ ਤਾਂ ਤੇਰੇ ਬੈੱਡ 'ਚ ਕੀ ਕਰ ਰਹੀ ਹੈ ਉਹਨੇ ਰਮੇਸ਼ ਤੇ ਮੋਢੇ ਫੜ ਕੇ ਹਲੋਣੀ ਰੈਸਟ ਕਰ ਰਹੀ ਹੈ ਥੱਕੀ ਹੋਈ ਸੀ ਰਮੇਸ਼ ਚੋਰਾਂ ਮੰਗ ਬੋਲੇ ਮੇਰੇ ਵੀ ਦੋਸਤ ਨੇ ਮੈਂ ਤਾਂ ਕਦੇ ਥਕਾਵਟ ਲਾਉਣ ਲਈ ਕਿਸੇ ਦੇ ਬੈੱਡ 'ਚ ਨਹੀਂ ਗਈ ਤੇਰੀ ਕੋਈ ਖਾਸ ਦੋਸਤੀ ਹੈ ਅਨੀਤਾ ਤਾਂ ਖੁਦ ਤੇ ਕਾਬੂ ਨਹੀਂ ਰਿਹਾ ਸੀ ਉਹ ਸਮਝ ਗਈ ਕਿ ਰਮੇਸ਼ ਉਹਨੂੰ ਆਪਣੇ ਕੋਲ ਕਿਉਂ ਨਹੀਂ ਬੁਲਾਉਂਦਾ ਸੀ ਮੈਨੂੰ ਪਤਾ ਤੇਰੇ ਦੋਸਤਾਂ ਬਾਰੇ ਤੂੰ ਜੋ-ਜੋ ਕਰਦੀ ਰਹੀ ਹੈ ਮੇਰੇ ਤੋਂ ਛੁਪਿਆ ਨਹੀਂ ਰਮੇਸ਼ ਨੂੰ ਜਿਵੇਂ ਕਹਿਣ ਲਈ ਨਵੀਂ ਗੱਲ ਸੁਝੀ ਪਰ ਤੇਰੇ ਵਰਗੀ ਨਹੀਂ ਹਾਂ ਮੈਂ ਕਿ ਘਰ 'ਚ بیوی ਬਰਥਡੇ ਕੇਕ ਲਈ ਬੈਠੀ ਹੋਵੇ ਤੇ ਤੂੰ ਇੱਥੇ 3rd ਕਲਾਸ ਗਰਲਫ੍ਰੈਂਡਾਂ ਨਾਲ ਸੌਂਦਾ ਫਿਰੇਂ ਥਰਡ ਕਲਾਸ ਇਹ ਨਹੀਂ ਤੂੰ ਐ ਜੋ ਬਿਨਾ ਬੁਲਾਏ ਥੀ ਆਈ ਹੈ ਰਮੇਸ਼ ਤੋਸ ਗੋਰੀ ਕੁੜੀ ਦੀ ਬੇਇੱਜ਼ਤੀ ਬਰਦਾਸ਼ਤ ਨਾ ਹੋਈ ਮੈਂ ਤਾਂ ਬਿਨਾ ਬੁਲਾਏ ਆਈ ਆ ਤੇ ਇਹਨੂੰ ਬਰਾਤ ਲੈਣ ਗਈ ਸੀ ਅਨੀਤਾ ਨੇ ਨਫ਼ਰਤ ਨਾਲ ਉਸ ਕੁੜੀ ਵੱਲ ਦੇਖਿਆ ਇਹ ਤਾਂ ਸ਼ੁਰੂ ਤੋਂ ਹੀ ਮੇਰੇ ਨਾਲ ਰਹਿ ਰਹੀ ਹੈ ਕੋਈ ਨਵੀਂ ਗੱਲ ਨਹੀਂ ਐ ਉਹਨੇ ਬੇਫਿਕਰੀ ਨਾਲ ਸਿਗਰਟਸ ਜਲਾਈ ਫਿਰ ਮੇਰੇ ਨਾਲ ਵਿਆਹ ਕਿਉਂ ਕਰਾਇਆ ਜਦ ਤੇਰੇ ਕੋਲ ਪਹਿਲਾਂ ਹੀ ਔਰਤ ਸੀ ਅਨੀਤਾ ਦੀ ਆਵਾਜ਼ ਕੰਬ ਗਈ ਤੇਰੇ ਘਰ ਦੇ ਮਗਰ ਪਏ ਸੀ ਮੇਰੇ ਘਰ ਦੇ ਆਂਦੇ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਨੂੰ ਇੰਡੀਅਨ ਕੁੜੀਆਂ ਬਿਲਕੁਲ ਪਸੰਦ ਨਹੀਂ ਉਹਨੇ 4-5 ਲੰਮੇ ਕਸ਼ ਖੇਚੇ ਹਾਂ ਹਾਂ ਮੇਰੇ ਘਰ ਦੇ ਮਗਰ ਪਏ ਸੀ ਮਗਰ ਪੈਨ ਨੂੰ ਤੂੰ ਉਤਰਬਿੰਦਰ ਹੈਂ ਵੀ ਤੇਰੇ ਤੇ ਕੁੜੀਆਂ ਮਰਦੀਆਂ ਫਿਰਦੀਆਂ ਨੇ ਜਾਂ ਫਿਰ ਤੂੰ ਪ੍ਰਿੰਸ ਚਾਰਲਸ ਹੈਂ ਕਿ ਮੈਨੂੰ ਜਾਇਦਾਦ ਚੋ ਹਿੱਸਾ ਮਿਲ ਜਾਣਾ ਸੀ ਅਨੀਤਾ ਜੋ ਇੰਗਲੈਂਡ ਸੇ ਰਹਿ ਕੇ ਵੀ ਬਚਪਨ ਤੋਂ ਉਤਰਮਿੰਦਰ ਦੀ ਫੈਨ ਸੀ ਨੇ ਸ਼ਾਇਦ ਕਦੇ ਸੁਪਨਾ ਦੇਖਿਆ ਸੀ ਕਿ ਉਹਦਾ ਘਰ ਵਾਲਾ ਵੀ ਧਰਮਿੰਦਰ ਵਰਗਾ ਹੋਏਗਾ। ਮੈਨੂੰ ਜ਼ਿਆਦਾ ਗੁੱਸਾ ਨਾ ਦਿਲਾ ਅਨੀਤਾ, ਮੇਰੀ ਦੋਸਤ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰ। ਬੇਇੱਜ਼ਤੀ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਹੋਵੇ। ਤੇਰੇ ਵਰਗੇ ਥਰਡ ਕਲਾਸ ਬੰਦੇ ਨੂੰ ਬੇਇੱਜ਼ਤੀ ਦੀ ਕੀ ਪਰਵਾਹ? ਹਰ ਵੇਲੇ ਤੇਰੀਆਂ ਗਰਲਫ੍ਰੈਂਡਾਂ ਦੇ ਫੋਨ ਆਉਂਦੇ ਨੇ, ਕਦੇ ਕਿਸੇ ਬੰਦੇ ਦਾ ਫੋਨ ਨਹੀਂ ਆਇਆ। ਕੀ ਗੱਲ? ਤੇਰਾ ਕੋਈ ਮਰਦ ਦੋਸਤ ਨਹੀਂ ਹੈ, ਸਿਰਫ ਕੁੜੀਆਂ ਹੀ ਨੇ। ਅਨੀਤਾ ਨੇ ਫੁੱਲ ਜ਼ਮੀਨ ਤੇ ਵਗਾ ਕੇ ਮਾਰੇ। ਬਿਹੇਵੀਅਰ ਸੈਲਫ ਤੇਰੀ ਵਰਗੀ ਬੱਤਮੀਜ਼ ਕੁੜੀ ਨਾਲ ਮੈਂ ਨਹੀਂ ਰਹਿ ਸਕਦਾ ਮੈਂ ਸੋਚਾਂਗਾ ਕਿ ਮੈਂ ਕੀ ਕਰਨਾ ਰਮੇਸ਼ ਨੇ ਗੁੱਸੇ 'ਚ ਉਹਦਾ ਹੱਥ ਮਰੋੜਿਆ ਰਮੇਸ਼ ਮੈਂ ਉਹ ਨਾ ਔਰਤਾਂ 'ਚੋਂ ਨਹੀਂ ਆ ਜੋ ਹਰ ਹਾਲਤ ਆਦਮੀ ਦੇ ਨਾਲ ਚਿਪਕੀਆਂ ਰਹਿਣਾ ਚਾਹੁੰਦੀਆਂ ਨੇ ਤੂੰ ਤਾਂ ਹਲੇ ਸੋਚੇਂਗਾ ਪਰ ਮੈਂ ਸੋਚ ਲਿਆ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ ਡਿਵੋਰਸ ਦੇ ਪੇਪਰ ਤੈਨੂੰ ਛੇਤੀ ਮਿਲ ਜਾਣਗੇ ਆਖ ਕੇ ਉਹਨੇ ਜ਼ੋਰ ਨਾਲ ਦਰਵਾਜ਼ਾ ਭੰਨਿਆ ਤੇ ਵਾਪਸ ਆ ਗਈ ਸਾਰੇ ਘਰ ਜਾਣ ਦੀ ਬਜਾਏ ਉਹ ਸਿੱਧੀ ਆਪਣੇ ਮੰਮੀ ਡੈਡੀ ਕੋਲ ਗਈ ਮਾਂ-ਬਾਪ ਉਹਨੂੰ ਇਸ ਹਾਲਤ 'ਚ ਵੇਖ ਕੇ ਹੈਰਾਨ ਰਹਿ ਗਏ ਮੈਂ ਉਸ ਘਰ 'ਚ ਵਾਪਸ ਨਹੀਂ ਜਾਵਾਂਗੀ ਡੈਡ ਬਾਪ ਦੇ ਗੱਲ ਲਾ ਕੇ ਰੋਪੇ ਨਾ ਚਾਹੀਂ ਬੇਟਾ ਪਰ ਮੈਨੂੰ ਪਹਿਲਾਂ ਦੱਸ ਤੀ ਤਾਂ ਸਹੀ ਕਿ ਕੀ ਗੱਲ ਹੋਈ ਹੈ ਇਦਾਂ ਇੱਕਦਮ ਘਰ ਛੱਡ ਕੇ ਭੱਜਣ ਦੀ ਕੀ ਲੋੜ ਸੀ ਡੈਡੀ ਸ਼ਾਇਦ ਹੋਰ ਵੀ ਕੁਝ ਕਹਿੰਦਾ ਪਰ ਮੰਮੀ ਨੇ ਇਸ਼ਾਰੇ ਨਾਲ ਰੋਕ ਦਿੱਤਾ ਘਰਦਿਆਂ ਨੇ ਸੋਚਿਆ ਸੀ ਕਿ ਐਵੇਂ ਬਚਪਨਾ ਦਿਖਾ ਰਹੇ ਨੇ ਦੋਵੇਂ ਮੀਆਂ-ਬੀਵੀ ਨਵਾਂ-ਨਵਾਂ ਵਿਆਹ ਹੋਇਆ ਹੈ ਤੇ ਠੀਕ ਹੋ ਜਾਣਗੇ ਰਮੇਸ਼ ਪਿੱਛੇ ਲੈਣ ਆਉਂਦਾ ਹੀ ਹੋਏਗਾ ਪਰ ਹਫਤਾ ਬੀਤ ਗਿਆ ਨਾ ਰਮੇਸ਼ ਆਇਆ ਨਾ ਉਹਦਾ ਕੋਈ ਫੋਨ ਨਾ ਹੀ ਉਹਦੇ ਘਰਦਿਆਂ ਨੇ ਕੋਈ ਉਬਸੁਗ ਲਈ ਡੈਡੀ ਨੇ ਖੁਦ ਹੀ ਅਨੀਤਾ ਦੇ ਸਹੁਰੇ ਨੂੰ ਫੋਨ ਕਰਕੇ ਗੱਲ ਕਲੀਅਰ ਕਰਨੀ ਚਾਹੀਦੀ ਆਪੇ ਗਈ ਹੈ ਸਾਨੂੰ ਪੁੱਛੇ ਦੱਸੇ ਬਗੈਰ ਆ ਕੇ ਛੱਡ ਜਾ ਸਾਡੇ ਕੋਲ ਤਾਂ ਕਿਸੇ ਕੋਲ ਟਾਈਮ ਨਹੀਂ ਹੈ ਆ ਕੇ ਰਮੇਸ਼ ਤੇ ਡੈਡੀ ਨੇ ਫੋਨ ਰੱਖ ਦਿੱਤਾ ਬਹੁਤ ਮਾੜੀ ਗੱਲ ਹੈ ਹਲੇ ਕੱਲ ਕੁੜੀ ਵੀ ਆਈ ਸੀ ਡੈਡੀ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ ਅਨੀਤਾ ਦੇ ਦੋਵੇਂ ਭਰਾਵਾਂ ਨੂੰ ਜਦ ਪਤਾ ਲੱਗਿਆ ਤਾਂ ਸੁਣ ਕੇ ਚੁੱਪ ਕਰ ਗਏ ਜੇ ਤੁਸੀਂ ਸ਼ਰਮ ਮੰਦੇ ਹੋ ਤੇ ਮੈਂ ਆਪ ਜਾ ਕੇ ਕੁੜੀ ਨੂੰ ਛੱਡ ਆਉਣਾ ਜਾਂ ਪਹਿਲਾਂ ਜਾ ਕੇ ਗੱਲ ਕਰ ਆਉਣਾ ਡੈਡੀ ਨੇ ਠੰਡੀ ਆਵਾਜ਼ ਚ ਕਿਹਾ ਡੈਡੀ ਅਨੀਤਾ ਚੀਕ ਪਈ ਮੈਂ ਮਰ ਜਾਵਾਂਗੀ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਵਾਸਤੇ ਕਿਸੇ ਦੇ ਦਰਵਾਜ਼ੇ ਤੇ ਭੀਖ ਮੰਗਣ ਗਏ ਤਾਂ ਗਲਤੀ ਰਮੇਸ਼ ਦੀ ਹੈ ਮਾਫੀ ਉਹਨੂੰ ਮੰਗਣੀ ਚਾਹੀਦੀ ਹੈ ਤੇ ਉਹਦੇ ਡੈਡੀ ਨੂੰ ਤੁਸੀਂ ਕਿਉਂ ਜਾਓਗੇ ਉਸ ਕਮੀਨੇ ਦੇ ਘਰ ਆਖ ਕੇ ਰੋਹਂਦੀ ਆਪਣੇ ਕਮਰੇ ਚ ਚਲੀ ਗਈ ਫਿਰ ਘਰਦਿਆਂ ਨੇ ਕਾਫੀ ਦਿਨਾਂ ਤੱਕ ਉਸ ਨਾਲ ਕੋਈ ਗੱਲ ਨਹੀਂ ਸੀ ਕੀਤੀ ਡੈਡੀ ਹਰ ਵੇਲੇ ਚੁੱਪ ਚੁੱਪ ਰਹਿਣ ਲੱਗ ਪਿਆ ਸੀ ਮੰਮੀ ਨੇ ਪਾਠ ਪੂਜਾ ਤੇ ਵਰਤ ਰੱਖਣ ਚ ਸਪੀਡ ਵਧਾ ਦਿੱਤੀ ਸੀ ਡੈਡੀ ਨੂੰ ਨਾਲ ਲੈ ਕੇ ਉਹ ਸਾਧ ਸੰਤਾਂ ਤੇ ਮੌਲਵੀਆਂ ਦੇ ਜਾਣ ਲੱਗ ਪਏ ਸੀ ਇੱਕ ਦਿਨ ਉਹ ਧਾਗਾ ਜਿਹਾ ਲੈ ਕੇ ਆਈ ਤੇ ਨੀਤਾ ਨੂੰ ਕਹਿਣ ਲੱਗੀ ਅਨੂ ਬੇਟੇ ਆਹ ਮੌਲਵੀ ਦਾ ਫੂਕ ਮਾਰਿਆ ਧਾਗਾ ਆਪਣੇ ਗੱਲ ਚ ਪਾ ਲੈ ਮੌਲਵੀ ਕਹਿੰਦਾ ਤਿੰਨ ਦਿਨਾਂ ਦੇ ਅੰਦਰ ਅੰਦਰ ਰਮੇਸ਼ ਤੇਰੇ ਕੋਲ ਆ ਜਾਏਗਾ ਧੰਨਵਾਦ ਚਲਦਾ